ਨਮਾਜ਼ ਪੜਦੇ ਆ ਤਾਂ ਮਨ ਨਮਾਜ਼ ਚ ਕਿੱਥੇ ਹੁੰਦੇ ਆ ਅੱਲਾਹ ਖੁਦਾ ਦਾ ਖੌਫ ਕਰੋ ਨਮਾਜ਼ ਕਿੱਥੇ ਹੁੰਦੇ ਹੋ ਸਜਦਾ ਕਰਦੇ ਸਜਦੇ ਵਿੱਚ ਕਿੱਥੇ ਹੁੰਦੇ ਹੋ ਪਹਿਲੇ ਤਾਂ ਖੁਦਾ ਦਾ ਵਾਦਾ ਕੀਤਾ ਅੱਲਾਹੁ ਅਕਬਰ ਮੈਂ ਤਮਾਮ ਚੀਜ਼ਾਂ ਪਿੱਛੇ ਸੁੱਕ ਕੇ ਤੇਰੀ ਬਾਰਗਾਹ ਚ ਹਾਜ਼ਰ ਫਿਰ ਵਾਦਾ ਖਿਲਾਫੀ ਵੀ ਮੈਂ ਕਰਦਾ ਹਾਂ ਸਾਰੇ ਖੁਦ ਦਾਣਾ ਫਿਰ ਤੇਰੇ ਸਾਹਮਣੇ ਫਿਰ ਕਦੇ ਜਾਣਾ ਵਾਲੀ ਨਮਾਜ਼ ਪੜ੍ਹਦਾ ਤਾਂ ਦਾੜੀ ਪੇ ਖੁੱਲਦਾ ਕਦੇ ਸ਼ਲਵਾਰ ਪੇ ਝੁਕਦਾ ਇਹ ਨਮਾਜ਼ ਹੈ ਨਾ ਸਾਡੀ ਨਮਾਜ਼ ਹੈ ਜੀ ਆ ਸ਼ਲਵਾਰ ਪੇ ਝੁਕਦਾ ਕਦੇ ਜਾਣਾ ਵਾਲੀ ਸਿਰ ਤੇ ਟੋਪੀ ਠੀਕ ਪੇ ਕਰਦਾ ਭਾਈ ਤੇਰੀ ਨਮਾਜ਼ ਇਹ ਨਮਾਜ਼ ਹੈ ਨਮਾਜ਼ ਤਾਂ ਹੋਵੇ ਕਿ ਨਮਾਜ਼ ਤੋਂ ਤੇ ਖੜਾ ਹੋ ਜਾ ਤੇ ਪਰਿੰਦੇ ਵੀ ਆ ਕੇ ਬਹਿ ਜਾ ਹਦੀਸ ਪਾਕ ਪਰਿੰਦੇ ਵੀ ਆ ਕੇ ਸੁਭਾਨ ਅੱਲਾ ਪਰਿੰਦੇ ਨੂੰ ਪਤਾ ਨਾ ਚੱਲਦਾ ਕਿ ਬੰਦਾ ਹੈ ਕਿ ਦਰਖਤ ਹੈ ਕਿ ਅਲੀ ਕਰਨ ਵਾਲਾ ਨਾ ਵਜੂਦ ਹੈ ਪੈਰ ਵਿੱਚ ਮੇਖ ਟੁੱਟ ਗਈ ਜਿਹੜਾ ਬੰਦਾ ਜਾ ਕੇ ਮੇਖ ਨੂੰ ਕੱਢਣਾ ਚਾਹੁੰਦਾ ਜੀ ਸਰਬੰਦੇ ਨੇ ਹੱਥ ਨਾ ਲਾਈ ਮੈਨੂੰ ਬੜੀ ਦਰਦ ਹੈ ਮੈਨੂੰ ਹੋਰ ਦਰਦ ਜ਼ਿਆਦਾ ਵੱਧ ਜਾਏਗੀ ਮੁਸਤਫਾ ਅਲੈਹ ਸਲਾਤੁ ਵਸਲਾਮ ਦੀ ਬਾਰਗਾਹ ਚ ਹਾਜ਼ਰੀ ਹੋਈ ਸਾਹਬਾ ਨੇ ਅਰਜ਼ ਕੀਤੀ ਕਮਲੀ ਵਾ ਕਮਲੀ ਵਾਲਿਆ ਅਲੀ ਦੇ ਪੈਰਾਂ ਵਿੱਚ ਮੇਖ ਚੁੱਭੀ ਹੈ ਲੇਕਿਨ ਅਲੀ ਮੇਖ ਕੱਢਣ ਨਹੀਂ ਦਿੰਦੇ ਕਹਿੰਦੇ ਨੇ ਕਿ ਜਨਾਬ ਮੇਖ ਨੂੰ ਹੱਥ ਲਾਓਗੇ ਤੇ ਮੈਨੂੰ ਤਲੀ ਵੀ ਦਰਦ ਹੋਏਗੀ ਮੇਰੇ ਮੁਸਤਫਾ ਨੇ ਫਰਮਾਇਆ ਮੈਂ ਤੁਹਾਨੂੰ ਸੌਖੀ ਜੀ ਗੱਲ ਨਾ ਦੱਸਾਂ ਹੱਕੇ ਸੁਭਾਨ ਅੱਲਾ ਅਲੀ ਨਮਾਜ਼ ਪੜ੍ਹ ਲਿਆ ਹੋਵੇ ਸਜਦੇ ਵਿੱਚ ਜਾਏ ਕਰਾਮ ਨਾਲ ਮੇਖ ਖਿੱਚ ਲਵੇ ਉਹਨੂੰ ਪਤਾ ਹੀ ਨਾ ਚੱਲੇਗਾ